भाई गुरशरण सिंह जी लुधियाना वालियां दी रस भिन्नी आवाज विच हर वेले कथा कीर्तन अते सिमरन दा आनंद मानन लई भाई गुरशरण सिंह जी ऑफिशियल चैनल YouTube नू सब्सक्राइब करो अते नवे कीर्तन वीडियोस लई बेल आइकन नू जरूर दबाओ अते ऑल नू सिलेक्ट करो। इस नाल हर नवे वीडियो दा नोटिफिकेशन आप जी दे मोबाइल ते आएगा, फिर तुसी उस दा आनंद माण सकदे हो। एक गुरमुख प्यारे ਇੱਥੇ ਸਿਮਰਨ ਸਾਧਨਾ 'ਚ ਆਏ ਜੀ, ਉਹਨਾਂ ਦਾ ਨਾਮ ਰੋਮਿਤ ਨਾਰੰਗ। ਰੋਮਿਤ ਨਾਰੰਗ ਸੰਗਰੂਰ ਤੋਂ, ਮੇਰੇ ਕੋਲ ਉਹਨਾਂ ਦਾ ਟੈਲੀਫੋਨ ਨੰਬਰ ਵੀ ਹੈ, ਬਾਅਦ 'ਚ ਕਿਸੇ ਨੇ ਪੁੱਛਣਾ ਤਾਂ ਪੁੱਛ ਲਿਓ। ਮੈਨੂੰ ਆਪਣੀ ਗੱਲ ਸਾਰੀ ਸੁਣਾਉਣ ਲੱਗੇ, ਕਹਿੰਦੇ ਜੀ ਤੁਹਾਡੇ ਨਾਲ ਹੱਡ ਬੀਤੀ ਸੁਣਾਉਣੀ, ਤੁਹਾਡੇ ਨਾਲ ਹੱਡ ਬੀਤੀ ਸਾਂਝੀ ਕਰਨ। ਕੁਦਰਤੀ ਸੰਗਤਾਂ ਮਿਲ ਰਹੀਆਂ ਸਨ, ਮੈਂ ਕਿਹਾ ਭਾਈ ਤੁਸੀਂ ਆਹ ਨੰਬਰ ਲੈ ਲਓ, ਮਨਜੋਤ ਸਿੰਘ ਜੀ ਦਾ ਨੰਬਰ ਦੇ ਦਿੱਤਾ। ਮੈਂ ਕਿਹਾ ਭਾਈ ਤੁਸੀਂ ਇਹਨਾਂ ਨੂੰ ਆਪਣੀ ਕਾਲ ਰਿਕਾਰਡਿੰਗ ਕਰਵਾ ਦੇਣਾ, ਰਿਕਾਰਡ ਕਰ ਲਾਂਗੇ ਮੈਂ, ਫਿਰ ਸੁਣ ਲਾਂ ਯੋਗ ਲੱਗੇਗੀ ਤੇ ਸੰਗਤਾਂ ਦੇ ਵਿੱਚ ਉਹ ਚੀਜ਼ ਲਾਤੀ ਜਾਏ ਜੇ ਤੁਹਾਡੀ ਆਗਿਆ ਹੋਵੇ ਤੇ। ਚਲੋ ਉਹਨਾਂ ਨੇ ਆਗਿਆ ਦੇ ਦਿੱਤੀ, ਔਰ ਵਾਕਈ ਜਿਹੜੀ ਚੀਜ਼ ਦੇ ਨਾਲ ਸਾਧ ਸੰਗਤ ਮਨ ਤਗੜਾ ਹੋਵੇ, ਮਨ ਨੂੰ ਉਤਸ਼ਾਹ ਮਿਲੇ, ਉਹ ਜ਼ਰੂਰ ਸੰਗਤਾਂ ਦੇ ਵਿੱਚ ਚੀਜ਼ ਲੱਗਣੀ ਚਾਹੀਦੀ, ਉਹ ਵਾਰਤਾ ਲੱਗਣੀ ਚਾਹੀਦੀ ਜਿਹੜੀ ਉਹਨੇ ਗੱਲ ਦੱਸੀ। ਆਹ ਕਮਾਲ ਸਾਧ ਸੰਗਤ, ਵਾਕਈ ਗੁਰੂ ਬੋੜੇ, ਗੁਰੂ ਬੋੜੇ। ਕਹਿੰਦੇ ਜੀ ਮੇਰਾ ਕੰਮ ਸੀ ਫੋਟੋਗ੍ਰਾਫੀ, ਫੋਟੋਗ੍ਰਾਫੀ ਬੜਾ ਅੱਛਾ ਕੰਮ ਚੱਲਦਾ ਸੀ, ਮਾੜੀ ਸੰਗਤ ਹੋ ਗਈ, ਮਾੜਾ ਸੰਗ ਆ ਗਿਆ, ਗਲਤ ਰਸਤੇ ਤੇ ਪੈ ਗਿਆ, ਭਟਕ ਗਿਆ, ਭਟਕਦਿਆਂ ਜੂਏ ਦੀ ਲੱਤ ਲੱਗ ਗਈ। ਆਖੋ ਸਤਨਾਮ, ਇਹ ਬੜੀ ਮਾੜੀ ਲੱਤ, ਬੜੀ ਮਾੜੀ ਲੱਤ, ਵਾਹਿਗੁਰੂ ਬਚਾ। ਜੂਏ ਦੇ ਬੜੇ ਬਦਲਵੇਂ ਰੂਪ ਆ ਚੁੱਕੇ ਨੇ, ਹੁਣ ਪਹਿਲੇ ਹੁੰਦਾ ਸੀ ਤਾਸ਼ ਜਾਂ ਹੋਰ ਚੀਜ਼ਾਂ, ਹੁਣ ਤਾਂ ਕੋਈ ਕ੍ਰਿਕਟ ਤੇ ਲਾਉਂਦਾ ਪਿਆ, ਕੋਈ ਕਿਤੇ ਲਾਉਂਦਾ ਪਿਆ। ਮੈਨੂੰ ਕੋਈ ਦੱਸਦਾ ਪਿਆ ਸੀ, ਕਹਿੰਦੇ ਜੀ ਅੱਜ ਕੱਲ੍ਹ ਤਾਂ ਹੁਣ ਇੰਟਰਨੈਟ ਤੇ ਗੇਮਾਂ ਵੀ ਐਸੀਆਂ ਆ ਗਈਆਂ ਕਿ ਤੁਸੀਂ ਪੈਸਾ ਲਾਓ। ਮੈਂ ਕਿਹਾ ਦੇਖ ਲਓ, ਕਲ ਯੁਗ ਨੇ ਬਰਬਾਦ ਕਰਨ ਦਾ ਪੂਰਾ ਸਾਜੋ ਸਮਾਨ ਫੈਲਾ ਕੇ ਰੱਖਿਆ ਹੋਇਆ। ਆਖੋ ਸਤਨਾਮ, ਬੰਦਾ ਇੱਥੋਂ ਬਚੇਗਾ ਮੈਂ ਇੱਥੇ ਘੇਰ ਲਾਂਗਾ, ਕਲ ਯੁਗ ਕਹਿੰਦਾ ਇੱਥੋਂ ਬਚੇਗਾ ਉੱਥੇ ਘੇਰ ਲਾਂਗਾ, ਉੱਥੋਂ ਬਚੇਗਾ ਉੱਥੋਂ ਘੇਰ ਲਾਂਗਾ। ਮੂੰਹ ਅੱਡ ਕੇ ਬੈਠਾ ਜਿਗਰ ਦੀ ਤਰ੍ਹਾਂ ਨਿਕਲਣ ਵਾਸਤੇ। ਕਲਯੁਗ ਖਾਲੀ ਬਚ ਸਕਦੇ ਆ ਜੇ ਸੰਗਤ ਦਾ ਕਿਲਾ ਮਿਲਿਆ ਹੋਵੇ। ਆਪੋ ਸਤਨਾਮ, ਸੱਚਾਈ ਸਤਿ ਸ੍ਰੀ ਅਕਾਲ। ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ, ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ, ਕਹਿੰਦੇ ਇਹ ਦੋ ਚੀਜ਼ਾਂ ਕੋਲ ਰੱਖੀ ਸਦਾ ਬਚਿਆ ਰਿਹਾ, ਸਦਾ ਕਲਯੁਗ, ਕਲਯੁਗ ਤੇਰਾ ਕੁਝ ਨਹੀਂ ਵਿਗਾੜ ਸਕਿਆ। ਇੱਕ ਸੰਗਤ ਦੇ ਕਿਲੇ 'ਚ ਰਹੀ ਹਮੇਸ਼ਾ, ਸੰਗਤ ਦੇ ਕਿਲੇ 'ਚ ਇੱਕ ਨਾਮ ਦਾ ਕਵਚ ਪਾ ਕੇ ਰੱਖੀ। ਆਖੋ ਸਤਨਾਮ, ਇਹ ਦੋ ਚੀਜ਼, ਸੰਗਤ ਦਾ ਕਿਲਾ ਤੇ ਨਾਮ ਦਾ ਕਵਚ, ਇਹਨੂੰ ਕਲਯੁਗ ਭੇਦ ਨਹੀਂ ਸਕਦਾ। ਜਿਹੜਾ ਇਹ ਦੋ ਚੀਜ਼ਾਂ ਦਾ ਸਹਾਰਾ ਲੈ ਕੇ ਰੱਖਦਾ ਕਲਯੁਗ ਉਹਦੇ ਤੋਂ ਦੂਰ ਰਹਿੰਦਾ। ਹੁਣ ਰੋਮਿਤ ਨਾਰੰਗ ਦੇ ਕੋਲ ਨਾ ਸਤਸੰਗ ਹੈ, ਨਾ ਉਹਦੇ ਕੋਲ ਕੋਈ ਨਾਮ ਦੀ ਕੋਈ ਗੱਲ ਹੈ, ਗਲਤ ਸੰਗਤ ਹੋ ਗਈ, ਜੂਆ ਆਦਤ ਪੈ ਗਈ ਜੀ ਜੂਏ। ਕਹਿੰਦੇ ਪਹਿਲੇ ਇੱਕ ਦੋ ਬਾਜ਼ੀਆਂ ਮੈਂ ਜਿੱਤਿਆ, ਇੱਕ ਦੋ ਦਿਨ ਜਿੱਤਿਆ, ਔਰ ਇਹ ਜੂਏ ਦਾ ਅਸੂਲ, ਜੇ ਇਹ ਜੂਏ ਦਾ ਅਸੂਲ ਹੈ, ਜੂਏ ਨੇ ਆਪਣੀ ਲੱਤ ਜਿਹਨੂੰ ਲਾਣੀ ਹੈ ਨਾ ਪਹਿਲੇ ਜਿਤਾਏਗਾ। ਕਦੇ ਗੌਰ ਕਰ ਲਿਓ, ਕਿਸੇ ਜਵਾਰੀ ਨੂੰ ਪੁੱਛੋਗੇ ਜਦੋਂ ਜਿਸ ਦਿਨ ਪਹਿਲਾ ਦਿਨ ਸੀ ਤੇਰਾ ਤੂੰ ਦੱਸ ਜਿੱਤਿਆ ਸੀ ਕਿ ਹਾਰਿਆ ਸੀ, ਜੇ ਹਾਰਿਆ ਹੁੰਦਾ ਕਦੇ ਜੂਆ ਨਾ ਖੇਡਦਾ। ਪਹਿਲੇ ਕਹਿੰਦੇ ਇੱਕ ਦੋ ਦਿਨ ਮੈਂ ਜਿੱਤਿਆ, ਬੜਾ ਮਜ਼ਾ ਆਇਆ ਵੀ ਸੌਖੇ ਸੌਖੇ ਮਾਇਆ ਮਿਲ ਜੇ। ਇੱਕ ਬੇਨਤੀ ਮੈਂ ਕਰਨ ਲੱਗਾ ਸਾਰ ਸਾਰ, ਜਦੋਂ ਸਾਡੀ ਸੋਚ ਬਣ ਜਾਏਗੀ ਨਾ ਵੀ ਸੌਖੇ ਸੌਖੇ ਮਾਇਆ ਮਿਲ ਜਾਏ, ਮੈਨੂੰ ਹੱਡ ਹਰਾਮੀ ਨਾ ਕਰਨੀ ਪਵੇ, ਫਿਰ ਗਲਤ ਰਸਤੇ ਇਖਤਿਆਰ ਹੋਣਗੇ ਹੀ ਹੋਣਗੇ। ਆਖੋ ਸਤਨਾਮ, ਲਿਖ ਲਓ, ਗਲਤ ਰਸਤੇ ਇਖਤਿਆਰ ਹੋਣਗੇ ਹੀ ਹੋਣਗੇ।
ਜਦੋਂ ਮਿਹਨਤ ਕਰਕੇ ਬੰਦਾ ਤੁਰੇਗਾ, ਮਿਹਨਤ ਵਿੱਚੋਂ ਜਿਹੜੇ ਫਲ ਮਿਲਦੇ ਨੇ ਉਹ ਸਾਧ ਬੜੇ ਸੁਖਦਾਈ ਤੇ ਬੜੇ ਲੰਬੇਰੇ ਹੁੰਦੇ ਨੇ। ਆਖੋ ਸਤਨਾਮ। ਚਲੋ ਹੁਣ ਸਾਧ ਜਦੋਂ ਇੱਕ ਦੋ ਬਾਜੀ ਜਿੱਤਿਆ ਤੇ ਮੁੜ ਕੇ ਜੂਏ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਬਾਜੀ ਹਾਰੀ ਗਿਆ, ਹਾਰੀ ਗਿਆ, ਹਾਰੀ ਗਿਆ, ਕਹਿੰਦੇ ਮੈਂ ਕਿੰਨੇ ਹੀ ਹਾਰ ਗਿਆ, ਕਰਜ਼ੇ ਚੱਕਦੇ ਹੋਰ ਮਾੜੇ ਹਾਲ ਬਾਂਕੇ ਦਿਹਾੜੇ। ਕਹਿੰਦੇ ਇੰਨਾ ਕਰਜ਼ਾ ਚੜ ਗਿਆ, ਕਹਿੰਦੇ ਮੈਨੂੰ ਆਪਣੀ ਦੁਕਾਨ ਵੇਚਣੀ ਪਈ, ਦੁਕਾਨ ਜਿੱਥੋਂ ਰਿਜਕ ਬੰਦਾ ਕਮਾਉਂਦਾ। ਫਿਰ ਕਹਿੰਦਾ ਮੈਨੂੰ ਸਕੂਟਰ ਵੇਚਣਾ ਪਿਆ। ਫਿਰ ਕਹਿੰਦਾ ਜਿਹੜਾ ਮੇਰਾ ਪ੍ਰੋਫੈਸ਼ਨ ਦਾ ਕੈਮਰਾ ਸੀ ਮੈਨੂੰ ਕੈਮਰਾ ਵੇਚਣਾ ਪਿਆ, ਕਰਜ਼ੇ ਉਤਾਰਨ ਵਾਸਤੇ। ਸਭ ਕੁਝ ਤਾਂ ਵਿਕ ਗਿਆ, ਕਹਿੰਦੇ ਫਿਰ ਵੀ 7-8 ਲੱਖ ਰੁਪਈਆ ਮੇਰੇ ਸਿਰ ਤੇ ਹਲੇ ਕਰਜ਼ਾ ਪਿਆ ਸੀ, ਕਰਜ਼ੇ ਲਾ ਕੇ ਵੀ ਸਭ ਕੁਝ 7-8 ਲੱਖ ਰੁਪਈਆ। ਬੰਦਾ ਕਵਰ ਕਰਨ ਵਾਸਤੇ ਨਾ ਹੋਰ ਹਾਰੀ ਜਾਂਦਾ, ਹੋਰ ਹਾਰੀ ਜਾਂਦਾ। ਚਲੋ ਮੈਂ ਪਿਛਲਾ ਹਾਰਿਆ, ਮੈਂ ਜਿੱਤ ਜਾਵਾਂ, ਉਹ ਹੋਰ। ਕਹਿੰਦੇ 1-1 ਲੱਖ ਰੁਪਏ ਦਾ ਮੈਂ ਰੋਜ਼ ਦਾ ਜੂਆ ਖੇਡਦਾ ਸੀ, 1-1.5 ਲੱਖ, 1.5-1.5 ਲੱਖ ਰੁਪਏ ਦਾ ਮੈਂ ਰੋਜ਼ ਦਾ ਜੂਆ ਖੇਡਦਾ। ਵਿਨਾਸ਼ ਪਾਲੇ ਵਿਪਰੀਤ ਬੁੱਧੀ, ਬੁੱਧੀ ਵਿਪਰੀਤ ਹੋ ਜਾਂਦੀ ਹੈ, ਪੁੱਠੀ ਹੋ ਜਾਂਦੀ ਹੈ ਸਾਸਕ ਜਦੋਂ ਵਿਨਾਸ਼ ਕਾਲ ਆ ਜਾਵੇ। ਉਦੋਂ ਬਚਾਏਗਾ ਤੁਹਾਨੂੰ ਤਾਂ ਇੱਕ ਸਤਸੰਗ ਬਚਾਏਗਾ, ਕੋਈ ਮਹਾਂਪੁਰਖ ਦੀ ਸੰਗਤ ਬਚਾਏਗੀ, ਗੁਰਮੁਖਾਂ ਦੀ ਸੰਗਤ ਬਚਾਏਗੀ। ਬਸ ਜੇ ਬਚੋਗੇ ਤਾਂ ਇੱਦਾਂ ਹੀ ਬਚੋਗੇ। ਹੁਣ ਹਾਲ ਬੜੇ ਮਾੜੇ ਹੋ ਗਏ। ਕਹਿੰਦਾ ਹੌਲੀ ਹੌਲੀ ਮੈਂ ਡਿਪਰੈਸ਼ਨ 'ਚ ਚੱਲਾ ਗਿਆ, ਹੌਲੀ ਹੌਲੀ ਸਾਰਾ ਸਾਰਾ ਦਿਨ ਸੁੱਤੇ ਰਹਿਣਾ, ਸਵੇਰੇ ਉੱਠਣਾ 10-11 ਵਜੇ, ਰੋਟੀ ਖਾਣੀ ਫਿਰ ਪੈ ਜਾਏ। ਬਾਹਰ ਜਾਂਦਿਆਂ ਨੂੰ ਡਰ ਲੱਗਦਾ ਸੀ, ਬਾਹਰ ਜਾਵਾਂਗਾ ਲੈਣ ਵਾਲੇ ਘੇਰ ਨਾ ਲੈਣ, ਕੋਈ ਕੋਈ ਨੁਕਸਾਨ ਨਾ ਕਰ ਦੇਵੇ, ਲੋਕ ਹੱਸਣਗੇ ਮੇਰੇ 'ਤੇ, ਆ ਜੀ ਉਹ ਇੱਦਾਂ। ਬੰਦਾ ਫਿਰ ਸੋਚ ਆਪਣੀ ਦੁਨੀਆ 'ਚ ਫਿਰ ਜੀਣਾ ਸ਼ੁਰੂ ਕਰ ਦਿੰਦਾ, ਬੰਦਾ ਦੁਨੀਆ ਤੋਂ ਕੱਟ ਹੋਣਾ ਸ਼ੁਰੂ ਕਰ ਆਪਣੀ ਦੁਨੀਆ ਵਿੱਚ। ਫਿਰ ਹੌਲੀ ਹੌਲੀ ਸਾਹ ਡਿਪਰੈਸ ਹੋਈ ਜਾਂਦਾ, ਡਿਪਰੈਸ਼ਨ 'ਚ ਜਾਈ ਜਾਂਦਾ, ਬੜਾ ਔਖਾ ਜਿਹਾ ਹੋ ਗਿਆ। ਕਹਿੰਦੇ ਲੁਧਿਆਣੇ ਮੇਰੇ ਸਹੁਰੇ ਨੇ ਨਿਊ ਮਾਧੋਪੁਰੀ, ਇੱਥੇ ਰੋਮਿਤ ਨਾਰੰਗ ਦੇ ਸਹੁਰੇ ਨਿਊ ਮਾਧੋਪੁਰੀ, ਉਹ ਸਤਸੰਗਤ ਡੇਲੀ ਕੀਰਤਨ ਸੁਣਿਆ ਕਰਦੇ ਸੀ ਦਾਸ ਗਰੀਬ ਦੀ। ਉਹਨਾਂ ਨੇ ਫੋਨ ਕੀਤੀ ਉੱਧਰ ਆਪਣੇ ਜਵਾਈ ਨੂੰ, ਬੇਟਾ ਤੂੰ ਇਹ ਕੀਰਤਨ ਸੁਣ। ਇਹਨਾਂ ਦਾ ਫਤਿਹ ਟੀਵੀ 'ਤੇ ਆਉਂਦਾ, ਅੰਮ੍ਰਿਤ ਕੀਰਤਨ 'ਤੇ ਆਉਂਦਾ, ਤੂੰ ਸੁਣ, ਹੋ ਸਕਦਾ ਵੀ ਗੁਰੂ ਨਾਨਕ ਦਾ ਕੀਰਤਨ, ਗੁਰੂ ਨਾਨਕ ਦੇ ਬੋਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਬੋਲ ਕਿਤੇ ਤੇਰੇ ਹਿਰਦੇ ਨੂੰ ਠੰਡਾ ਕਰ। ਉਹ ਕਹਿੰਦਾ ਮੈਂ, ਮੇਰੇ ਕੋਲ ਕੋਈ ਹੱਲ ਤਾਂ ਹੈ ਨਹੀਂ, ਹੁਣ ਘਰ ਬੈਠਾ ਰਹਿਣਾ ਕਰਾਂ ਵੀ ਕੀ। ਉਹਨੇ ਲਾਣਾ ਸ਼ੁਰੂ ਕਰਤਾ ਕੀਰਤਨ। ਕਹਿੰਦੇ ਜਾਂ ਮੈਂ ਕੀਰਤਨ ਸੁਣਿਆ, ਹੁਣ ਦੇਖਣਾ ਧਿਆਨ ਨਾਲ ਸੁਣਿਓ ਸਾਥ ਸਾਥ ਗੁਰੂ ਦਾ ਸ਼ਬਦ ਕਿਵੇਂ ਕਾਟ ਕਰਦਾ। ਕਹਿੰਦੇ ਮੈਂ ਕੀਰਤਨ ਸੁਣਨਾ ਸ਼ੁਰੂ ਕੀਤਾ ਤੇ ਜਿਹੜੇ ਜਿਹੜੇ ਮੇਰੇ ਸਵਾਲ ਅੰਦਰ ਹੋਣ ਉਹ ਸਵਾਲ ਦੇ ਜਵਾਬ ਕੁਦਰਤੀ ਮੈਨੂੰ ਮਿਲਣੇ ਸ਼ੁਰੂ ਹੋ ਜਾਣ। ਕਹਿੰਦੇ ਇੱਕ ਦਿਨ ਮੈਂ ਬੈਠਾ ਤੇ ਤੁਸੀਂ, ਕਹਿੰਦੇ ਦਾਸ ਨੂੰ ਦੱਸਿਆ, ਕਹਿੰਦੇ ਜੂਏ ਦੀ ਤੁਸੀਂ ਗੱਲ ਲਾਈ, ਇੱਕ ਦੋ ਸਾਖੀਆਂ ਦਾਸ ਨੇ ਜੂਏ ਦੇ ਉੱਪਰ ਲਾਈਆਂ ਹੋਈਆਂ। ਕਹਿੰਦੇ ਉਹ ਵਿਸ਼ਾ ਚੱਲ ਰਿਹਾ ਸੀ। ਕਹਿੰਦਾ ਮੈਂ ਰੋਟੀ ਨੂੰ ਕੀਤਾ ਸਾਈਡ 'ਤੇ ਤੇ ਮੈਂ ਬਹਿ ਗਿਆ, ਪਹਿਲੇ ਆ ਜੂਏ ਦੀ ਗੱਲ ਚੱਲਦੀ ਪਈ ਇਹ ਗੱਲ। ਕਹਿੰਦਾ ਜਿੱਦਾਂ ਜਿੱਦਾਂ ਤੁਸੀਂ ਗੱਲ ਕਰਦੇ ਗਏ ਮੇਰਾ ਨਕਸ਼ਾ ਸਾਹਮਣੇ ਆ ਗਿਆ। ਕਹਿੰਦਾ ਮੈਨੂੰ ਇੱਦਾਂ ਲੱਗੇ ਜਿਵੇਂ ਬਸ ਮੇਰੇ 'ਤੇ ਹੀ ਫਿਲਮ ਚੱਲਦੀ ਪਈ, ਮੇਰੇ 'ਤੇ ਹੀ ਗੱਲ ਚੱਲਦੀ, ਮੈਨੂੰ ਹੀ ਰਸਤੇ ਦਿੱਤੇ ਜਾ। ਕਹਿੰਦਾ ਚੋਟ ਲੱਗੀ ਇੱਥੇ, ਬਸ ਇਹ ਭਾਗਾਂ ਵਾਲਾ ਦਿਨ ਹੁੰਦਾ ਜਦੋਂ ਇੱਥੇ ਚੋਟ ਵੱਜ ਜਾਵੇ। ਆਪੋ ਸਤਨਾਮ। ਚੋਟ ਹੀ ਨਾ ਨਹੀਂ ਵੱਜਦੀ, ਕੌਡੇ ਨੂੰ ਚੋਟ ਵੱਜੀ ਸੀ ਤਾਂ ਅੰਦਰੋਂ ਡਿੱਗਿਆ, ਭੂਮੀਏ ਨੂੰ ਚੋਟ ਵੱਜੀ ਸੀ ਤਾਂ ਅੰਦਰੋਂ ਡਿੱਗਿਆ, ਵਲੀ ਗਦਾਰੀ ਜਿਹੜਾ ਟਿੱਲੇ ਤੇ ਬੈਠਾ ਸੀ ਪਾਣੀ ਲੈ ਕੇ ਹੰਕਾਰੀ ਹੋਇਆ ਪਿਆ, ਇੱਥੇ ਚੋਟ ਵੱਜੀ ਸੀ ਤਾਂ ਗੁਰੂ ਨਾਨਕ ਦੇ ਚਰਨਾਂ ਤੇ ਡਿੱਗਿਆ। ਤੇ ਮਹਾਰਾਜ ਨੇ ਕਿਹਾ ਸੀ ਵਲੀ
तू कौन? कहिंदे जी तुहाडा लखो सतनाम जी तुहाडा सेव। जदों बंदा झुकेगा चोट खा के, काश सानू भी चोट लगे। किन्ने कीर्तन सुन ले, किन्ने दीवान सुन ले, किन्नियां विचारां सुन लिया। पता नहीं कैसा ये पत्थर दिल है साडा, चोट पैंदी सट वजदी, उपरों ही लंघ जांदा कीर्तन। ते जिन्हां नूं चोटां साध संगत पईआं, बस फिर निखरे भी होई। आखो सतनाम, पत्थर नूं चोट पैंदी है ते मूर्ति बणदा। जे पत्थर नूं चोट ना पवे ते पूजन योग ना होवे। हुण कहिंदे जी मैनू बस इन्ना आनंद आया, इन्ना आनंद, मैं कीर्तन सुना बड़ा रस। कहिंदे कीर्तन ने एक काम कर दिता कि मेरे अंदर बल पाना शुरू कर दिता, बल ताकत। परिवार वाले भी मेरे तो औखे हुए पे ने, सारे भरा कह लो, भरा कह लो, घर वाले कह लो, जितने करते जी सारे ही औखे। देखो नैचुरली है, औखा तो होएगा ही। जिन्हें सब कुछ रोड़ दिता हो, परिवार ने तो औखा होना ही, माँ बाप ने औखा होना है, घरवाली ने औखा होना है, बच्चिया ने औखा होना है, भरावान ने औखा होना, सारा घर टब्बर एक पासे हो जाता, बंदा कला पै जाए। और ये जुए की लत तो ऐसी है सास लत, ये तो वाहगुरु छुड़ावे तो छुड़ावे। ये दो चीजा, दो गुण जेड़े दास तुहाडे चरणा च रख रहे, बस आ दो गुण अपना लो। आ जुआ छड़ो जी, जेड़े मर्जी ओ गुण ते फतेह प्राप्त कर लांगे, तर जांगे, वाकई तर जांगे। पहला गुरु दी मत, हुण दोनों बोल इन्ने कमाए जी। किवें? जिवें जिवें सुनदा जा रहा ना कीर्तन, जिवें जिवें सुनदा जा, इहनू बल मिलदा जा। जो इन्ने बोलिया, मेरे को टेप हुण भी पई है, ऑडियो दास जिदी भी हड बीती सत्संग सुनांदा। मैं यह नहीं कहता जी कि उन्हों सुना दे, हाँ तू मैं सुना दई या उन्हों सुना दई, जिदी हड बीती लगानी है उदी उदे बोल वो अपने मूँह बोले ते वो टेप मेरे को आती है, वो ऑडियो मेरे को आती है। फिर उस ऑडियो नू आधार बना के दास अगे संगत अगे रखता ते गुरु की कृपा सत्संग वो ऑडियो दास दे कोल हुण भी मौजूद है। वो कहते जी इन्ना फल मिलना शुरू होया, नवियां नवियां तो कहते तुसी जुगतियां दसनी, इदां करना होता जीण दी कला सिखानी। कहते वीर जी चलो मैं डर के कह रहा, वाहिगुरु वाड़ लाई रख होमी तू पहचान। कहते इन्ना उत्साह च तुसी बोलदे सी ना, कहते मेरा मन करदा सी यार भरिया जाए। कहते मेरे इदा जब तुसी बोलना तो इत्थे वजन, कहिंदा मेरा मन डे बाई डे डे बाई डे डे बाई डे स्ट्रोंग होना शुरू हो गया, इन्ना स्ट्रोंग हो गया। कहिंदे मैं प्रण कर लिया, हुण जो मर्जी हो जाए, जो मर्जी। जुआ नहीं ते नहीं खेडना, आखो सतनाम नहीं खेडना। सत श्री अकाल। या साहिब भी तो कहिंदे चोर जार जुआ पीड़े पानी है, चोर जार जुआर पीड़े पानी है, चोर जार जुआर पीड़े पानी है, चोर जार जुआर पीड़े पानी है। तीन बंदियां दा जिक्र कीता मारा, एक चोर दा, एक जार दा, बेबाचारी बंदा माड़ी बिरती दा बंदा, ते एक जुआर दा। कहिंदे पीड़े कहानी है, जिवें कहानी दे साध संगत तिल पा के पीड़े जांदे ने, कहिंदे इदां पीड़े जाणे, इदां पीड़े जाणे। हुण आ जिहड़े बोल कीर्तना दे उहनूं वजण। कहिंदे वीर जी किधरे मैं सोचदा सी सुसाइड कर लां, मर जावां, आ जिंदगी खत्म कर दे। इत्थे दास रुकदा तुहाडे चरणां च बेनती करदा, कदे फुरना बणे ना, एक कदम ना चक्के, कदे ना चक्के, कदे ना चक्के। समय बदल जांदे ने,
अज समा हो रहा है बंदा कहना हुण यही समा रहेगा नहीं समय बदल सकते ने सास विच एक बारी जीवन चला गया फिर मुड़ वारी नहीं मिलनी आखो सतनाम मुड़ वारी नहीं मिलनी कई जीवन तो इन्हें निराश हो जाते ने अपनी जीवन लीला खत्म कर देंगे तुसीं की सोचते हो कि कर्म खत्म हो गए जीवन लीला खत्म होगी तो कर्म खत्म हो गए माड़े कर्म तो फिर भी खड़े ने अगला तुहानू जन्म मिलेगा ते बिल्ली गधे खोते दा भुगतने तो उदों भी पैणे ने आखो सतनाम कर्म नहीं मुकदे जीवन खत्म करन तो वधिया कर्म खत्म करो बाणी पढ़ पढ़ सिमरन कर करके कर्म खत्म कर दिओ कर्म माड़े खत्म हो गए इसी जन्म दे विच तुहानू बरकतां ते खुशियां मिलणगीआं सवाल करन गया मैं की जवाब कहिंदा इन्ना मन मजबूत हो गया कहिंदा ना हुण बाहर जा कहिंदे 12 बजे तुहाडा वीर जी अमृत चैनल ते खत्म हुंदा ते कहिंदे मैं तैयार होना नाल ही बाहर निकल जाऊं सारे हैरान बई एडी देर बाद आए कहिंदे रोज 12 तो बाद मैं शुरू करता बाहर जाना बहना शुरू करता लोकां विच एक मन च प्रण कर लिया हुण जो मर्जी हो जाए पई जुआ ने देखो पहली गल पहली जुगती कहड़ी सी गुरमत अगर कोई गुरु की मत अपना के अपनी मत छड़दा है बड़ी तरक्की कर सकदा बड़ी तरक्की कर सकदा अगे वधेगा हुण पहला उत्तम उन्हें शुरू किया पहली जुगती अपना ली कि गुरु की मत रोज कीर्तन दे राही गुरु की मत सुनिया करे अंदर वसाया करे अंदरले नूं बल मिलिया करे ते अपने ही औगुणा दे नाल लड़िया करे आपो सतनाम क्योंकि वह चाहता सी कि मैं ये औगुण छड्डा और अगर चाहता ही नहीं ना तो वह गुरु की मत ग्रहण करता ही नहीं कर ही नहीं सकता क्योंकि वह चाहता ही नहीं जिहड़ा चाहुंदा रस्ता उहदे वास्ते है जिहड़ा नहीं चाहुंदा उहदे वास्ते कोई रस्ता नहीं उहदे वास्ते कोई कीर्तन नहीं जिहड़ा चाहुंदा ही नहीं सच जे जिहड़ा ठीक ही नहीं होना चाहुंदा उहदे वास्ते कोई डॉक्टर नहीं कोई दवाई नहीं है जिहड़ा ठीक ही नहीं होना चाहुंदा जिहड़ा ठीक होना चाहुंदा उहदे लई रस्ते बड़े हुण गुरु दी मत अंदर जावे ते तगड़ा होवे ते बाहर ते दोस्त ना हसण ਉਹ ਤੂੰ ਸਵੇਰੇ ਨਹੀਂ ਆਉਂਦਾ ਦੁਪਹਿਰੇ ਆਉਂਦਾ 12 ਵਜੇ ਆਉਂਦਾ 12:30 ਆਉਂਦਾ ਇਹ ਉਹ ਕਹਿੰਦੇ ਇਦਾਂ ਦਾਸ ਦਾ ਨਾਂ ਲੈ ਕੇ ਭਾਈ ਗੁਰਸ਼ਰਨ ਸਿੰਘ ਜੀ ਦਾ ਕੀਰਤਨ ਆਉਂਦਾ ਪਹਿਲੇ ਫਤਿਹ ਚੈਨਲ ਤੇ ਫਿਰ ਅੰਮ੍ਰਿਤ ਚੈਨਲ ਉਹ ਦੇ ਆਉਂਦਾ ਤੇ ਕਹਿੰਦੇ ਮੇਰੇ ਨਾਲ ਟਿੱਚਰ ਕਰ ਵੀ ਮਜ਼ਾਕ ਟੋਨ ਦੇ ਵਿੱਚ ਵੀ ਅੱਜ ਕੀ ਸੁਣਾਇਆ ਤੇਰੇ ਵੀਰ ਜੀ ਨੇ ਅੱਜ ਕੀ ਸੁਣਾਇਆ ਕਹਿੰਦੇ ਮੈਂ ਜਦੋਂ ਉਹ ਟਿੱਚਰ 'ਚ ਗੱਲ ਕਰਨ ਤੇ ਕਹਿੰਦੇ ਮੈਂ ਸੀਰੀਅਸ ਹੋ ਕੇ ਸੁਣਾਵਾਂ ਕਹਿੰਦੇ ਮੈਂ ਸੀਰੀਅਸ ਹੋ ਕੇ ਅੱਜ ਇਦਾਂ ਸਤਸੰਗ ਹੋਇਆ ਅੱਜ ਆਹ ਸੁਣਾਇਆ ਅੱਜ ਕਹਿੰਦੇ ਕਰਦੇ ਤਾਂ ਟੀਚਰ ਸੀਗੇ ਕਹਿੰਦੇ ਉਹ ਵੀ ਸੂਤ ਹੋ ਗਏ ਆਖੋ ਸਤਨਾਮ ਟੀਚਰ ਕਰਦਿਆਂ ਕਰਦਿਆਂ ਸਾਧ ਕਹਿੰਦੇ ਉਹ ਵੀ ਉਡੀਕ ਜਿਹਾ ਰਹਿੰਦੇ ਕਹਿੰਦੇ ਆਏਗਾ ਸੁਣਾਵੇ ਆਖੋ ਸਤਨਾਮ ਆਵੇ ਸੁਣਾਵੇ ਸਤਿ ਸ੍ਰੀ ਅਕਾਲ ਕਈ ਵਾਰੀ ਬੰਦਾ ਨਾ ਟੀਚਰ ਕਰਦਾ ਹੁੰਦਾ ਤੇ ਬੰਦਾ ਪਤਾ ਕੀ ਕਹਿੰਦਾ ਕਹਿੰਦੇ ਨਹੀਂ ਬਾਈ ਆਪਾਂ ਬਹਿਣਾ ਹੀ ਨਹੀਂ ਜਾਂ ਉਹ ਰਸਤਾ ਹੀ ਛੱਡ ਜਾਂਦਾ ਕਿ ਯਾਰ ਲੋਕੀ ਟੀਚਰ ਕਰਦੇ ਨੇ ਮੈਂ ਨਹੀਂ ਸਤਸੰਗ ਸੁਣਨਾ ਮੈਂ ਨਹੀਂ ਜਾਣਾ ਮੈਂ ਇਹ ਕੰਮ ਨਹੀਂ ਕਰਨਾ ਡਟੇ ਰਹੋ ਤਗੜੇ ਰਹੋ ਉਹ ਤੁਹਾਨੂੰ ਨਾ ਬਦਲਣ ਤੁਸੀਂ ਉਹਨਾਂ ਨੂੰ ਬਦਲੋ ਆਖੋ ਸਤਨਾਮ ਇੰਨੀ ਤਾਕਤ ਰੱਖੋ ਇੰਨੀ ਤਾਕਤ ਰੱਖੋ ਇੰਨਾ ਬਲ ਰੱਖੋ ਸਤਸੰਗ ਕਿ ਉਹ ਤੁਹਾਨੂੰ ਕੀ ਬਦਲਣ ਤੁਸੀਂ ਉਹਨਾਂ ਨੂੰ ਬਦਲੋ ਗੁਰੂ ਕਿਰਪਾ ਹੁਣ ਏਦਾਂ ਦਾ ਬਦਲਾਅ ਉਹਦੇ ਅੰਦਰ ਆਉਣਾ ਸ਼ੁਰੂ ਹੋਇਆ रोज कीर्तन कीर्तन की खुराक सिमरन भी शुरू करता जी ध्यान ना सुन हाले सिमरन साधना बारे उन्होंने नहीं पता सी कुछ भी ते अमृत चैनल ते फतेह चैनल च सुनिया गया ते किसी ने उन्हें रेकमेंड किया सत्संग वो कहन लगे कहिंदे भाई तेरे कोल भजन भी है तेरे कोल सत्संग भी है हुण तू संकल्प भी किया होया बई मैं जुआ नहीं खेलना ਕਹਿੰਦੇ ਹੁਣ ਜਾ ਕੇ ਨਾ ਵੱਡਿਆਂ ਦੀ ਅਸੀਸ ਲੈ ਲੈ ਕਹਿੰਦਾ ਮੈਂ ਸਮਝਿਆ ਨਹੀਂ
ਕਹਿੰਦੇ ਜਾ ਵੱਡਿਆਂ ਦੀ ਅਸੀਸ ਲੈ ਲੈ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਰੱਖ ਦੇ ਆਖੋ ਸਤਨਾਮ ਉੱਥੋਂ ਅਸੀਸ ਲੈ ਕੇ ਸਤ ਸ੍ਰੀ ਅਕਾਲ ਕਹਿੰਦੇ ਰੋਜ਼ ਮੈਂ 4 ਵਜੇ ਜਾਗਣਾ ਸ਼ੁਰੂ ਕਰ ਦਿੱਤਾ ਸੀ ਰੋਜ਼ ਸਵੇਰੇ 4 ਵਜੇ ਅੰਮ੍ਰਿਤ ਵੇਲੇ ਭਜਨ ਕਰਕੇ ਗੁਰਦੁਆਰਾ ਸਾਹਿਬ ਜਾਣਾ ਕਹਿੰਦੇ ਰੋਜ਼ ਸਵੇਰੇ ਵੀ ਜਾਣਾ ਸ਼ੁਰੂ ਕਰਤਾ ਤੇ ਸ਼ਾਮ ਨੂੰ ਵੀ ਜਾਣਾ ਸ਼ੁਰੂ ਕਰਤਾ ਰੋਜ਼ ਪਹਿਲਾ ਗੁਰੂ ਦੀ ਮੱਤ ਦੂਜਾ ਉਹਨੇ ਸਾਸਕਤ ਉਹ ਗੁਣਾਂ ਨੂੰ ਵਾੜ ਲਗਾ ਦਿੱਤੀ ਬਾਣੀ ਦੀ ਸਾਹਿਬ ਨੇ ਆ ਜੁਗਤੀ ਦੱਸੀ ਹੈ ਕੀ ਕਹਿੰਦੇ ਹਰ ਕੀਰਤ ਤਰ ਤਾਰੀ ਹਰ ਕੀਰਤ ਤਰ ਤਾਰੀ ਹਰ ਕੀਰਤ ਤਰ ਤਾਰੀ ਹਰ ਕੀਰਤ ਤਰ ਤਾਰੀ ਕਹਿੰਦੇ ਹਰੀ ਦੀ ਕੀਰਤੀ ਤੇਰੇ ਵਾਸਤੇ ਤਾਰੀ ਹੈ ਪਾਰ ਲੰਘ ਜਾਏਗਾ ਬੋਲਦੇ ਪਏ ਨਾ ਮੋਕੋ ਤਾਰ ਲੈ ਰਾਮਾ ਤਾਰ ਪਾਰ ਲੰਘ ਜਾਏਗਾ ਹਰੀ ਦੀ ਕੀਰਤੀ ਕਰ ਪਾਣੀ ਚ ਬੰਦਾ ਜਦੋਂ ਉਤਰਦਾ ਹੈ ਨਾ ਅਗਰ ਦੂਸਰੇ ਕਿਨਾਰੇ ਤੇ ਜਾਣਾ ਚਾਹੁੰਦਾ ਪਾਰ ਲੰਘਣਾ ਚਾਹੁੰਦਾ ਤੇ ਦੋ ਕੰਮ ਕਰਨੇ ਪੈਣਗੇ ਹੱਥਾਂ ਦੇ ਨਾਲ ਪਾਣੀ ਪਿੱਛੇ ਕਰਨਾ ਪਏਗਾ ਤੇ ਪੈਰਾਂ ਦੇ ਨਾਲ ਅੱਗੇ ਵਧਣਾ ਪਏਗਾ ਕੋ ਸਤਨਾਮ ਤਰਨਾ ਚਾਹੁੰਦੇ ਹੋ ਦੋ ਕੰਮ ਕਰ ਲਓ ਪਹਿਲਾ ਗੁਰੂ ਦੀ ਮੱਤ ਅਪਣਾ ਲਓ ਤੇ ਗੁਰੂ ਦੀ ਮੱਤ ਅਪਣਾ ਕੇ ਜੋ ਗੁਰੂ ਕਹਿੰਦੇ ਨੇ ਤੁਰ ਪੋ ਤੁਰ ਪੋ ਤੇ ਨਾਲ ਉਸ ਚੀਜ਼ ਨੂੰ ਵਾੜ ਲਾਉਣ ਵਾਸਤੇ ਬਾਣੀ ਦਾ ਸਹਾਰਾ ਲੈ ਲਓ ਭਜਨ ਦਾ ਸਹਾਰਾ ਲੈ ਲਓ ਆਖੋ ਸਤਨਾਮ ਕਿਤੇ ਡੋਲ ਨਾ ਜਾਓ ਕਿਤੇ ਡੋਲ ਬਸ ਇਹ ਦੋ ਚੀਜ਼ਾਂ ਉਹਦੇ ਕੋਲ ਆ ਗਈ ਹੁਣ ਸਤਸੰਗਤ ਜਦੋਂ ਰੋਜ਼ ਅੰਮ੍ਰਿਤ ਵੇਲੇ ਜਾ ਕੇ ਬੰਦਗੀ ਕਰੇ ਭਜਨ ਕਰੇ ਹੁਣ ਮਹਾਰਾਜ ਨੇ ਜ਼ਰੀਆ ਤਾਂ ਬਣਾਉਣਾ ਹੀ ਸੀ ਨਾ ਜ਼ਰੀਆ ਤਾਂ ਬਣਾਉਣਾ ਸੀ ਤੁਸੀਂ ਇੱਕ ਕਦਮ ਅੱਗੇ ਵਧੋਗੇ ਨਾ ਗੁਰੂ 100 ਕਦਮ ਅੱਗੇ ਵਧਣਗੇ 1000 ਕਦਮ ਵਧਣਗੇ ਭਾਈ ਗੁਰਦਾਸ ਜੀ ਤਾਂ ਕਹਿੰਦੇ ਛੱਡੋ ਕਰੋੜ ਕਦਮ ਅੱਗੇ ਵਧਦੇ ਨੇ ਆਖੋ ਸਤਨਾਮ ਚਰਨ ਚਰਨ ਗੁਰੂ ਏਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡਾ ਆ ਕੇ ਹੋਏ ਲੈ ਕਰੋੜਾਂ ਕਦਮ ਤੁਹਾਨੂੰ ਅੱਗੇ ਦੀ ਹੋ ਕੇ ਪਾਤਸ਼ਾਹ ਮਿਲਣਗੇ ਹੁਣ ਗੁਰੂ ਨੇ ਲੀਲਾ ਵਰਤਾਤੀ ਉਹਦੇ ਤਰਨ ਦੀ ਕੀ ਵਰਤਾਤੀ ਕੋਈ ਗੁਰਮੁਖ ਮਿਲਾ ਦਿੱਤਾ ਕਹਿੰਦੇ ਜਾ ਵੱਡਿਆਂ ਦੀ ਸੀਸ ਲੈ ਦਰਬਾਰ ਸਾਹਿਬ ਦਾ ਮਨ ਬਹਿਵਲ ਹੋਇਆ ਕਹਿੰਦਾ ਮੈਂ ਚਲਾ ਗਿਆ ਜੀ ਜਿਹੜਾ ਕੋਈ ਮੈਨੂੰ ਪੁੱਛਦਾ ਨਹੀਂ ਸੀ ਕੋਈ ਮੇਰੀ ਬੁੱਕਤ ਨਹੀਂ ਕੋਈ ਮੇਰੀ ਔਕਾਤ ਨਹੀਂ ਹੁੰਦਾ ਹੀ ਹੈ ਜਿਹਨੇ ਸਭ ਕੁਝ ਰੋੜ ਦਿੱਤਾ ਹੋਵੇ ਕਿਹੜਾ ਉਹਨੂੰ ਕੋਈ ਪੁੱਛੇ ਘਰ ਵਿੱਚ ਵੀ ਜਿੱਲਤ ਤੇ ਬਾਹਰ ਵੀ ਜਿੱਲਤ ਮਿਲਦੀ ਹੈ ਜਿਹਨੇ ਸਭ ਕੁਝ ਰੋੜ ਦਿੱਤਾ ਹੋ ਕਹਿੰਦੇ ਮੈਂ ਚਲਾ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਜਦੋਂ ਉਹ ਸਤਸੰਗ ਉੱਥੇ ਪਹੁੰਚਿਆ ਮਨ ਠੰਡਾ ਹੋ ਗਿਆ ਸਮਝ ਗਿਆ ਬਈ ਬਖਸ਼ਿਸ਼ ਇੱਥੋਂ ਹੀ ਮਿਲਣੀ ਗਿਆ ਤਾਂ ਭਾਵੇਂ ਇੱਕ ਦਿਨ ਲਈ ਸੀ ਕਹਿੰਦਾ ਮੈਂ ਮੁੜਿਆ ਹੀ ਨਹੀਂ 7 ਦਿਨ ਕਹਿੰਦੇ ਮੈਂ ਉੱਥੇ ਰਿਹਾ ਦਰਬਾਰ ਸਭਾ ਕੋ ਸਤਨਾਮ ਸਤ ਸ੍ਰੀ ਅਕਾਲ ਰੋਜ਼ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਅੰਦਰ ਕੀਰਤਨ ਸੁਣਨਾ ਫਿਰ ਦੁਪਹਿਰ ਵੇਲੇ ਮੰਜੀ ਸਾਹਿਬ ਚਲੇ ਜਾਣੇ ਕੋਈ ਕੀਰਤਨ ਸਮਾਗਮ ਹੋਣੇ ਸ਼ਾਮ ਦੇ ਹੋਰ ਉਹ ਅਟੈਂਡ ਕਰਨੇ ਸਾਰੇ ਉੱਥੇ ਲੰਗਰਾਂ 'ਚ ਸੇਵਾ ਕਰਨੀ ਝਾੜੂ ਦੀ ਸੇਵਾ ਕਰਨੀ ਬਸ ਉੱਥੇ ਕੀਰਤਨ ਤੇ ਸੇਵਾ ਭਜਨ ਤੇ ਸੇਵਾ ਸੇਵਾ ਤੇ ਸਿਮਰਨ ਬਸ ਦੋ ਚੀਜ਼ ਤੇ ਕਹਿੰਦੇ ਇੱਕ ਦਿਨ ਮਨ ਬੈਰਾਗ 'ਚ ਆ ਗਿਆ ਕਹਿੰਦੇ ਮੈਂ ਅਰਦਾਸ ਕੀਤੀ ਸੱਚਿਆ ਪਾਤਸ਼ਾਹ ਮੈਂ ਨਹੀਂ ਹੁਣ ਇੱਥੋਂ ਜਾਣਾ ਮੈਂ ਨਹੀਂ ਮੇਰਾ ਕੰਮ ਸਾਰ ਦਿਓ ਸੱਚੇ ਪਾਤਸ਼ਾਹ ਮੇਰਾ ਕੰਮ ਸਾਰੋਗੇ ਤਾਂ ਜਾਊਂਗਾ ਮੈਂ ਨਹੀਂ ਇੱਥੇ ਹੀ ਬੈਠਾ ਆਪੋ ਸਤਨਾਮ ਮਹਾਰਾਜ ਸੰਭਾਲ ਲਓ ਮਹਾਰਾਜ ਸੰਭਾਲ ਲਓ ਮੈਂ ਕਰਮ ਮਾਂਜ ਦਿਓ ਗਰੀਬ ਨਿਵਾਜ ਮੇਰੇ ਕਰਮ ਏਦਾਂ ਬੇਨਤੀਆਂ ਕਰੀ ਜਾ ਹੁਣ ਜਦੋਂ ਬੇਨਤੀਆਂ ਕਰਦੇ ਉਹਨੂੰ ਸਾਸਕ 7 ਦਿਨ ਹੋਏ 7ਵੇਂ ਦਿਨ ਕਹਿੰਦੇ ਮੇਰੇ ਭਰਾ ਦਾ ਫੋਨ ਆ ਗਿਆ ਭਰਾ ਦਾ ਫੋਨ ਆਇਆ ਪਹਿਲੇ ਸਾਰੇ ਹੀ ਔਖੇ ਫਿਰ ਫਿਰਦੇ ਸੀਗੇ ਹੁਣ ਸਾਰਿਆਂ ਦਾ ਮਨ ਮਹਾਰਾਜ ਨੇ ਬਦਲਾਇਆ ਹੋਇਆ ਆਪੋ ਸਤਨਾਮ ਬਦਲਾਇਆ ਹੋਇਆ ਤੇ ਭਰਾ ਦਾ ਫੋਨ ਆਇਆ ਕਹਿੰਦਾ ਤੂੰ ਇੱਦਾਂ ਕਰ ਘਰ ਆ ਅਸੀਂ ਤੇਰੇ ਬਾਰੇ ਸੋਚਿਆ ਇੱਧਰ ਕਹਿੰਦਾ ਮੈਂ ਹੁਣ ਕੀ ਕਰਨਾ ਘਰ ਆ ਸਾਰੇ ਹੀ ਔਖੇ ਕਹਿੰਦਾ ਕੋਈ ਨੀ ਤੂੰ ਘਰ ਕਰਤਾ ਕਹਿੰਦੇ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਰੱਖਣੀ ਤੁਹਾਡੀਆਂ ਮਿਹਰਾਂ ਵਰਤਦੀਆਂ ਦੇਖ ਰਹੀਆਂ ਨੇ ਮਹਾਰਾਜ ਕਿਰਪਾ ਰੱਖਣੀ ਮੈਂ ਜਾ ਰਿਹਾ ਹੁਣ ਬਾਂਹ ਪਕੜ ਲੈਣੀ ਲਾਜ ਰੱਖ ਲੈਣੀ ਗਰੀਬ ਦੀ ਆਖੋ ਸਤਨਾਮ ਜਦੋਂ ਸਾਧ ਸੰਗਤ ਮਹਾਰਾਜ ਅੱਗੇ ਅਰਦਾਸ ਕੀਤੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਉੱਥੇ ਹਾਜ਼ਰ ਨਾਜ਼ਰ ਵਰਤਦੇ ਨੇ ਸਾਧ ਵਰਤਦੇ
ਹੁਣ ਜਦੋਂ ਘਰ ਗਿਆ ਤੇ ਉੱਥੇ ਮਤਾ ਪਕਾਇਆ ਜਾ ਰਿਹਾ ਬੈਠੇ ਨੇ ਸਾਰੇ ਭਰਾ ਨੇ ਕਿਹਾ ਕਹਿੰਦੇ ਹੁਣ ਹੈ ਤਾਂ ਭਰਾ ਹੀ ਹੈ ਖੜਾ ਤਾਂ ਕਰਨਾ ਹੀ ਘਰ ਦਾ ਜਿਸ ਘਰ 'ਚ ਰਹਿੰਦੇ ਸਾਨੂੰ ਫੁੱਲ ਪਾਇਆ ਕਹਿੰਦੇ ਘਰ ਮੈਂ ਰੱਖਦਾ ਉਹਨੂੰ ਸਾਧ ਸੰਗਤ ਇੱਕ ਛੋਟਾ ਜਿਹਾ ਘਰ ਲੈ ਦਿੱਤਾ ਕਹਿੰਦੇ ਮੈਨੂੰ ਘਰ ਲੈ ਦਿੱਤਾ ਤੇ ਨਾਲ ਕੁਝ ਕੈਸ਼ ਦੇ ਦਿੱਤੇ ਉਸ ਘਰ ਦਾ ਮੁੱਲ ਪਾ ਕੇ ਘਰ ਆਪ ਰੱਖ ਲਿਆ ਤੇ ਜੋ ਅੱਧ ਉਹਦਾ ਬਣਦਾ ਸੀ ਭਰਾ ਦਾ ਉਹਨੂੰ ਛੋਟਾ ਘਰ ਵੀ ਰਹਿੰਦਾ ਕਿ ਬਈ ਪਰਿਵਾਰ ਵੀ ਨਾ ਰੁੱਲੇ ਤੇ ਥੋੜੇ ਪੈਸੇ ਕੈਸ਼ ਹੱਥ 'ਚ ਦੇ ਤੇ ਚੱਲ ਕੰਮ ਕਰ ਪਰ ਵੇਖੀ ਰੱਬ ਦਾ ਵਾਸਤਾ ਹੀ ਜੂਆ ਨਾ ਖੇਡੀ ਕਹਿੰਦਾ ਜੀ ਹੁਣ ਜੂਆ ਕਿੱਥੇ ਹੁਣ ਜੂਆ ਕਿੱਥੇ ਹੁਣ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਅੰਦਰ ਕੀਲ ਕੇ ਰੱਖਿਆ ਹੋਇਆ ਹੁਣ ਕਿੱਥੇ ਜੂਆ ਸ਼ਬਦ ਕਮਾ ਕਮਾ ਕੇ ਨਾ ਸਾਸ ਸ਼ਬਦ ਸੁਣ ਸੁਣ ਕੇ ਉਹਦੀ ਕਮਾਈ ਕਰ ਕਰਕੇ ਅੰਦਰਲਾ ਤਗੜਾ ਹੋ ਚੁੱਕਾ ਸੀ ਤਗੜਾ ਹੋ ਚੁੱਕਾ ਬਦਲਣ ਦਾ ਮਨ ਸੀ ਤੇ ਅੰਦਰਲਾ ਤਗੜਾ ਹੋ ਗਿਆ ਕਿਰਪਾ ਹੋ ਨਹੀਂ ਤਾਂ ਸਾਚਾ ਸਤਿਗੁਰ ਕਿਆ ਕਰੇ ਜੇ ਸਿੱਖਾਂ ਮੈਂ ਚੂਕ ਜੇ ਸਿੱਖ ਹੀ ਨਾ ਚਾਹਵੇ ਬਦਲਣਾ ਤੇ ਨਹੀਂ ਬਦਲ ਸਕਦਾ ਹੁਣ ਕਹਿੰਦੇ ਜੀ ਮੈਂ ਉਸ ਪੈਸਿਆਂ ਦਾ ਇੱਕ ਕੈਮਰਾ ਲਿਆ ਇੱਕ ਸਕੂਟਰ ਲਿਆ ਕਿ ਬਈ ਚਲੋ ਮੈਂ ਕੰਮ ਸ਼ੁਰੂ ਕਰ ਕੰਮ ਸ਼ੁਰੂ ਕੀਤਾ ਹੁਣ ਸਾਧ ਸੰਗਤ ਪਹਿਲੇ ਆਪਦੇ ਮੋਢਿਆਂ ਤੇ ਮਾਣ ਸੀ ਹੁਣ ਗੁਰੂ ਦੇ ਮੋਢਿਆਂ ਤੇ ਮਾਣ ਹੈ ਆਖੋ ਸਤਨਾਮ ਸਤਿ ਸ੍ਰੀ ਅਕਾਲ ਉਹਨੇ ਆਪਣੀ ਆਵਾਜ਼ 'ਚ ਦੱਸਿਆ ਵੋਇਸ ਰਿਕਾਰਡ ਦੇ ਵਿੱਚ ਦੱਸਿਆ ਉਹਨੇ ਕਹਿੰਦੇ ਵੀਰ ਜੀ ਇੰਨਾ ਨਸ਼ਾ ਹੋ ਗਿਆ ਸੀ ਕੀਰਤਨ ਦਾ ਕਿ ਹਰ ਵੇਲੇ ਮੇਰੇ ਕੰਨਾਂ ਦੇ ਵਿੱਚ ਨਾ ਕੰਨਾਂ ਮੈਂ ਕਿਤੇ ਕੰਮ ਤੇ ਵੀ ਹੋਵਾਂ ਕੰਨਾਂ ਦੇ ਵਿੱਚ ਮੇਰੇ ਈਅਰਫੋਨ ਰਹਿਣੇ ਤੇ ਮੈਂ ਮੇਰੇ ਬਾਣੀ ਚੱਲਦੀ ਰਹੀ ਕਥਾ ਚੱਲਦੀ ਰਹੀ ਬਾਣੀ ਵਿੱਚ ਹੀ ਮੈਂ ਰਹਿੰਦਾ ਸੀ ਇੰਨਾ ਕਹਿੰਦੇ ਮੇਰੇ ਅੰਦਰ ਪ੍ਰਭਾਵ ਪਾਤਾ ਸੀ ਹੁਣ ਹੌਲੀ 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 ਕਿਰਪਾ ਹੋਣੀ ਸ਼ੁਰੂ ਹੋ ਗਈ ਸਰ ਜੋ ਕੁਛ ਗਿਆ ਦੇਖੋ ਮਕਾਨ ਗਿਆ ਸੀ ਮਕਾਨ ਆ ਗਿਆ ਸਕੂਟਰ ਗਿਆ ਸੀ ਸਕੂਟਰ ਆ ਗਿਆ ਕੈਮਰਾ ਗਿਆ ਸੀ ਕੈਮਰਾ ਆ ਗਿਆ ਕਹਿੰਦੇ ਜੀ ਹੁਣ ਮੇਰੇ ਮਾਲਕ ਨੇ ਮੇਰੇ ਗੁਰੂ ਨਾਨਕ ਨੇ ਇੰਨੀ ਕਿਰਪਾ ਕੀਤੀ ਆਹੀ ਲਫ਼ਜ਼ ਸਨ ਇੰਨੀ ਕਿਰਪਾ ਕੀਤੀ ਹੈ ਮੈਂ ਸੋਚਦਾ ਪਿਆ ਹੁਣ ਕਾਰ ਲੈ ਲਵਾਂ ਆਖੋ ਸਤਨਾਮ ਕਹਿੰਦਾ ਹੁਣ ਕਾਰ ਲੈ ਲਵਾਂ ਕਰਮਾਂ ਵਾਲਿਓ ਦੇਖੋ ਕਿੱਦਾਂ ਬਰਕਤਾਂ ਪੈਂਦੀਆਂ ਕਿੱਦਾਂ ਬਰਕਤਾਂ ਪੈਂਦੀਆਂ ਹਰ ਕੀਰਤ ਤਰ ਤਾਰੀ ਤਰ ਨਹੀਂ ਗਿਆ ਆ ਦੋ ਚੀਜ਼ਾਂ ਨੇ ਇੱਕ ਗੁਰੂ ਦੀ ਮੱਤ ਗ੍ਰਹਿਣ ਕੀਤੀ ਔਰ ਗੁਰੂ ਦੀ ਮੱਤ ਨੇ ਇੰਨਾ ਤਗੜਾ ਕਰਤਾ ਇੰਨਾ ਤਗੜਾ ਕਰਤਾ ਕਿ ਆਪਣੀ ਸੋਚ ਦੇ ਉੱਪਰ ਉਹ ਗੁਰੂ ਦੀ ਮੱਤ ਹਾਵੀ ਹੋ ਗਈ ਉਹਦੀ ਸੋਚ ਦੀ ਮੱਤ ਦੂਜਾ ਕਈ ਵਾਰੀ ਸਾਧ ਸੰਗਤ ਕਈਆਂ ਦਾ ਸੰਗ ਮਿਲਦਾ ਬੰਦਾ ਬਦਲ ਜ਼ਰੂਰ ਜਾਂਦਾ ਪਰ ਉਸ ਤੋਂ ਬਾਅਦ ਲਗਾਤਾਰ ਸੰਗ ਨਹੀਂ ਹੁੰਦਾ ਨਾ ਲਗਾਤਾਰ ਉਹਦੀ ਕਮਾਈ ਨਹੀਂ ਲਗਾਤਾਰ ਬੰਦਗੀ ਨਹੀਂ ਲਗਾਤਾਰ ਇਬਾਦਤ ਨਹੀਂ ਵਾੜ ਨਹੀਂ ਲਾਈ ਹੁੰਦੀ ਨਾ ਬੰਦਾ ਕੁਝ ਦਿਨ ਠੀਕ ਰਹਿੰਦਾ ਕੁਝ ਹਫ਼ਤੇ ਕੁਝ ਮਹੀਨੇ ਠੀਕ ਰਹਿੰਦਾ ਹੁਣ ਸੰਗਤ ਨਹੀਂ ਸੀ ਫਿਰ ਉਦਾਂ ਦਾ ਉਦਾਂ ਹੀ ਹੋ ਜਾਂਦਾ ਆਖੋ ਸਤਨਾਮ ਬਦਲ ਤਾਂ ਗਿਆ ਸੀ ਪਰ ਜੋ ਕਿ ਲਗਾਤਾਰ ਸੰਗਤ ਭਗਤੀ ਨਹੀਂ ਸੀ ਵਾੜ ਨਹੀਂ ਸੀ ਬਦਲ ਗਿਆ ਹੁਣ ਇਹਦੇ ਕੋਲ ਇੱਕ ਭਗਤੀ ਆ ਗਈ ਰੋਜ਼ ਦੀ ਰੋਜ਼ ਕਮਾਈਆਂ ਕਰੇ ਸਵੇਰੇ ਚਾਰ ਚਾਰ ਵਜੇ ਉੱਠ ਕੇ ਅੰਮ੍ਰਿਤ ਵੇਲੇ ਕਹਿੰਦੇ ਗੁਰੂ ਨਾਨਕ ਦੀ ਇੰਨੀ ਕਿਰਪਾ ਹੋ ਗਈ ਉਹ ਲੱਤ ਤਾਂ ਦੂਰ ਦੀ ਗੱਲ ਹੁਣ ਉਸ ਬਾਰੇ ਸੋਚਣ ਦਾ ਵੀ ਮਨ ਨਹੀਂ ਕਰਦਾ ਜਿਸ ਜੂਏ ਦੇ ਕਰਕੇ ਮੈਂ ਸਭ ਕੁਝ ਹਾਰਿਆ ਸੀ ਆਖੋ ਸਤਨਾਮ ਕਿੱਡੀ ਕਿਰਪਾ ਕਿੱਡੀ ਬਖਸ਼ਿਸ਼ ਤੇ ਇੱਕ ਹੋਰ ਉਹਨੇ ਜ਼ਿਕਰ ਸੁਣਾਇਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਜ਼ਮਤ ਸਾਧ ਸੰਗਤ ਕਹਿੰਦੇ ਮੇਰੇ ਪੈਰਾਂ ਦੇ ਵਿੱਚ ਮੇਰੇ ਪੈਰਾਂ ਦੇ ਜਿਹੜਾ ਪੈਰ ਬੜੀ ਵੱਡੀ ਇੱਕ ਐਲਰਜੀ ਹੋ ਗਈ ਸੀ ਲਾਲ ਲਾਲ ਜੇ ਧੱਫੜ ਪੈ ਜਾਂਦੇ ਸਨ ਫੰਗਸ ਕਹਿੰਦੇ ਫੰਗਸ 5 ਸਾਲ ਕਹਿੰਦੇ ਮੈਂ ਇਲਾਜ ਕਰਾਇਆ 5-6 ਸਾਲ ਕੋਈ ਸਕਿਨ ਦਾ ਡਾਕਟਰ ਨਹੀਂ ਛੱਡਿਆ CMC ਹੋਰ ਬੜੇ ਵੱਡੇ ਵੱਡੇ ਹਸਪਤਾਲਾਂ 'ਚ ਬੜੇ ਵੱਡੇ ਸਪੈਸ਼ਲਿਸਟ ਕੋਲ ਕਹਿੰਦੇ ਥੋੜ੍ਹਾ ਜਿਹਾ ਠੀਕ ਹੁੰਦਾ ਫਿਰ ਖਾਰਿਸ਼ ਹੁੰਦੀ ਮੈਂ ਖਾਰਿਸ਼ ਕਰਦਾ ਫਿਰ ਕਹਿੰਦਾ ਖੂਨ ਵਗਦਾ ਰਹਿੰਦਾ ਹਰ ਵੇਲੇ ਪੈਰ ਦੇ ਵਿੱਚ ਕਹਿੰਦੇ ਔਖਾ ਰਹਿੰਦਾ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਆਹ ਬਖਸ਼ਿਸ਼ਾਂ ਕੀਤੀਆਂ ਨਾ ਸਾਰੀ ਕਹਿੰਦੇ ਮਨ ਖੜ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਮਨ ਖੜ ਗਿਆ ਤੇ ਕਹਿੰਦੇ ਮੈਂ ਉਦੋਂ ਹੀ ਪ੍ਰਣ ਕਰ ਲਿਆ ਸੀ ਸੱਚੇ ਪਾਤਸ਼ਾਹ 1-2 ਮਹੀਨੇ ਬਾਅਦ ਬੁਲਾ ਲਿਆ ਕਰੀ ਆਖੋ ਸਤਨਾਮ ਜਦੋਂ ਕਾਰਜ ਰਾਸ ਹੋਏ ਸਨ ਤੇ ਉਦੋਂ ਹੀ ਕਹਿੰਦੇ ਮੈਂ ਪ੍ਰਣ ਕੀਤਾ ਸੀ 1-2 ਮਹੀਨੇ ਬਾਅਦ ਹੁਣ ਕਹਿੰਦੇ 1-2 ਮਹੀਨੇ ਬਾਅਦ ਮੈਂ ਚਲਾ ਜਾਂਦਾ ਮਹਾਰਾਜ ਦੇ ਕੋਲ ਚਲਾ ਜਾਂਦਾ ਤੇ ਆਪਣੀ ਉਹਨੇ ਪਿੱਕ ਵੀ ਭੇਜੀ ਸੀ ਕਹਿੰਦੇ ਹੁਣ ਵੀ ਮੈਂ ਇਸ ਵੇਲੇ ਦਰਬਾਰ ਸਾਹਿਬ ਤੇ ਜਦੋਂ ਸਾਧ ਸੰਗਤ ਉਹ
गया ना तो हुण महाराज दे चरणा च बेनती की महाराज एडियां बख्शीशां कीतियां गरीब नूं निवाजिया जी आप परेशानी सच्चे पातशाह पैर करके बहुत दुखी खून हलका हलका सिमदा जदों खारिश करदा उदा सुकिया रहिंदा पर धप्पड़ जे पए होर फंगस जां बड़ा गंदा काम और दोनों फोटोआं भेजियां जी पहले दी फोटो भेजी उन्हें ते ठीक होण तों बाद दी फोटो भेजी ते जदों बेनती लाई महाराज कृपा करो कृपा करो देखो गुरु रामदास महाराज का दर कैसा है सत्संग जी अरदास कीती अंदरों कहिंदे मेरे यार मतलब आवाज आई दुख भजनी बेरी दे इशनान कहिंदे मैं जदों इशनान करन लई अंदर वड़िया कहिंदे मूल मंत्र दा जाप कर उची उची आखो सतनाम उची उची जाप कर ते हलका हलका इदां पैर दे उपर मल हलका ते सत्संग कहिंदे मैं इदां ही मलना शुरू कीता अरदास कीती मूल मंत्र कीता कहिंदे तुसीं यकीन जानना मेरे गुरु रामदास ने कृपा कीती सत दिनां दे अंदर अंदर मेरा रोग राजी कर दिता आखो सतनाम वड्डे तो वड्डा दुनियावी डॉक्टर नहीं राजी कर सकिया ओ गुरु रामदास महाराज ने सता दिनां जे राजी करके तोर दिता आखो सतनाम क्यों अंदर इक शरदा सी जे असीं उहनूं पाणी समझांगे साडे लई उह पाणी है जे जल समझांगे ते सौ रोगां दी दवाई जे गुरु रामदास महाराज दे सरोवर दा जल सौ रोगां दी दवाई जे करमां वाले ओ वरतदे ने गुरु रामदास महाराज वरतदे ने मेरे गुरु ग्रंथ साहिब महाराज वरतदे ने धन गुरु नानक जे अंदर सिलक ते भरोसा हो जे कह रहे हो ना मोको तार ले रामा तार ले आ दो जुगतियां पहला गुरु दी मत लैके तुरी है ते दूजा नाम दी वाड़ ला ली है सतनाम अगर तुहानू ए वीडियो वधिया लगी है तां लाइक करो अते अगे शेयर जरूर करो जी